بسم اللہ الرحمن الرحیم السلام علیکم جٹکا فوڈ خوش آمدید اج ਤੁਹਾਨੂੰ ਅਸੀਂ ਬਹੁਤ ਹੀ ਜ਼ਬਰਦਸਤ ਕਿਸਮ ਦੀ ਰੈਸਪੀ ਤਾਰਿਫ ਕਰਵਾਉਣ ਲੱਗੇ ਆ ਤੁਹਾਨੂੰ ਪਤਾ ਹੈ ਕਿ ਸਰਦੀ ਦੀ آمد-آمد ਹੈ ਸਰਦੀ ਨਜ਼ਦੀਕ ਹੈ ਤੇ ਸਰਦੀ ਦੇ ਮੌਸਮ ਦੇ ਵਿੱਚ ਅਕਸਰ ਸਾਨੂੰ ਸਰਦੀ ਵੀ ਲੱਗਦੀ ਹੈ ਤੇ ਬੱਚਿਆਂ ਦੀ ਸਿਹਤ ਵਾਸਤੇ ਵੀ ਬਹੁਤ ਚੀਜ਼ਾਂ ਦੀ ਜ਼ਰੂਰੀ ਸਾਨੂੰ ਜ਼ਰੂਰਤਾਂ ਜ਼ਰੂਰਤ ਪੇਸ਼ ਆਂਦੀ ਹੈ ਦੇਖੋ ਜਿਸ ਤਰ੍ਹਾਂ ਬੱਚੇ ਬੈੱਡ ਦੇ ਉੱਤੇ ਬਿਸਤਰ ਤੇ ਪਿਸ਼ਾਬ ਵਗੈਰਾ ਕਰ ਦਿੰਦੇ ਨੇ ਤੇ ਅਕਸਰ ਹਕੀਮ ਸਹਿਬਾਨ ਜਾਂ ਸਿਆਣੇ ਬੰਦੇ ਸਾਨੂੰ ਕਹਿੰਦੇ ਆ ਕਿ ਇਹਨਾਂ ਨੂੰ ਤਿਲ ਵਗੈਰਾ ਦਿਓ ਇਸ ਵਾਸਤੇ ਤੁਹਾਨੂੰ ਤਿਲ ਦੀ ਬਹੁਤ ਈਜ਼ੀ ਤੇ ਆਸਾਨ ਤਰੀਕੇ ਨਾਲ ਰੈਸਪੀ ਬਣਾਉਣੇ ਦਾ ਤਰੀਕਾ ਦੱਸਦੇ ਆ ਜਿਹਦੇ ਵਿੱਚ ਤੁਸੀਂ ਮਹਿਮਾਨਾਂ ਦੇ ਵਾਸਤੇ ਵੀ ਤੁਸੀਂ ਇਹ ਚੀਜ਼ ਬਣਾ ਸਕਦੇ ਹੋ ਜਾਂ ਇਸ ਤੋਂ ਇਲਾਵਾ ਤੁਸੀਂ ਕਿਸੇ ਨੂੰ ਸੁਗਾਤ ਦੇਣਾ ਚਾਹੋ ਤੋ ਜਦ ਵੀ ਤੁਸੀਂ ਬਣਾ ਸਕਦੇ ਆਈਏ ਅਸੀਂ ਦੇਖਦੇ ਆ ਕਿ ਕਿਸ ਤਰੀਕੇ ਨਾਲ ਅਸੀਂ ਇਹ ਤਿਲ ਦੀ ਤਿਲ ਚਕਰੀ ਬਣਾਨੇ ਆਂ ਸਭ ਤੋਂ ਪਹਿਲਾਂ ਤੁਸੀਂ ਲੈ ਲੈਣੇ 1 ਕਿਲੋ ਚੀਨੀ 1 ਕਿਲੋ ਚੀਨੀ ਨੂੰ ਤੁਸੀਂ ਪਰਾ ਲੈਣੇ ਕਿਸੇ ਵੀ ਫਰਾਈਵਾਨ ਦੇ ਵਿੱਚ ਉਹਦੇ ਵਿੱਚ ਤੁਸੀਂ ਪਾਣੀ ਨਹੀਂ ਪਾਣਾ ਅੱਛੀ ਰੈਸਪੀ ਅੱਛਾ ਮਰੁੰਡਾ ਤਿਲ ਦਾ ਤਿਲ ਪੱਟੀ ਬਣਾਉਣ ਦਾ ਬਹੁਤ ਜ਼ਬਰਦਸਤ ਤਰੀਕਾ ਕਿ ਜਿਹਦੇ ਨਾਲ કડਕ ਬਣੇ ਮਜ਼ੇਦਾਰ ਬਣੇ ਤੇ ਕਈ ਦਿਨਾਂ ਤੱਕ ਮਹਿਫੂਜ਼ ਰਹਿ ਸਕੇ ਐਸੀ ਰੈਸਪੀ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰ ਰਿਹਾ ਇਹਦੇ ਤੁਸੀਂ ਪਾਣੀ ਨਹੀਂ ਪਾਣਾ ਅਕਸਰ ਲੋਕ ਇਹਦੇ ਵਿੱਚ ਪਾਣੀ ਪਾ ਕੇ ਇਹਨੂੰ ਪੰਘਾਲਣ ਦੀ ਕੋਸ਼ਿਸ਼ ਕਰਦੇ ਆ ਲੇਕਿਨ ਇਸ ਤਰ੍ਹਾਂ ਤਿਲ ਸ਼ੱਕਰੀ ਨਹੀਂ ਬਣਦੀ ਰੇਬੜੀ ਨਹੀਂ ਬਣਦੀ ਮੈਂ ਤੁਹਾਨੂੰ ਇਹੇ ਕੋਸ਼ਿਸ਼ ਕਰਨ ਦੀ ਕਰਕੇ ਦੱਸਣ ਦੀ ਕੋਸ਼ਿਸ਼ ਕਰ ਰਿਹਾ ਕਿ ਤੁਸੀਂ ਇਹ ਬਣਾਉਣਾ ਸਿੱਖ ਜਾਓ ਜਟਕਾ ਫੂਡ ਤੇ ਬਹੁਤ ਇਜ਼ੀ ਤੇ ਸਾਂਤ ਤਰੀਕੇ ਨਾਲ ਕਦੀ ਵੀ ਕਿਸੇ ਚੀਜ਼ ਦਾ ਉਲਲਾ ਨਹੀਂ ਰੱਖਿਆ ਕਿ ਤਾਂ ਕਿ ਤੁਸੀਂ ਲੋਕ ਇਸ ਚੀਜ਼ ਨੂੰ ਪਹਿਚਾਨ ਸਕੋ ਤੇ ਸਮਝ ਸਕੋ ਕਿ ਤਿਲ ਸ਼ਕਰੀ ਤਿਲ ਪੱਟੀ ਕਿਸ ਤਰੀਕੇ ਨਾਲ ਬਣਦੀ ਹੈ ਇਹ ਬਾਜ਼ਾਰੀ ਤਿਲ ਸ਼ਕਰੀ ਤਿਲ ਪੱਟੀ ਬਣੇਗੀ ਕੋਈ ਆਮ ਤਿਲ ਪੱਟੀ ਨਹੀਂ ਬਣੀ ਜਿਹਦਾ ਜ਼ਾਇਕਾ ਬਹੁਤ ਜ਼ਬਰਦਸਤ ਹੋਏਗਾ ਚੀਨੀ ਆਹستہ ਆਹستہ ਮੈਲਟ ਹੋ ਰਹੀ ਹੈ ਹੋਰ ਇਹਦੇ ਚ ਅਜੇ ਤੱਕ ਅਸੀਂ ਕੁਝ ਨਹੀਂ ਪਾਇਆ ਸਿਰਫ ਅਸੀਂ ਇਸ ਤਰੀਕੇ ਨਾਲ ਇਹਨੂੰ ਖੋਲ ਲਿਆ ਇਸ ਤਰੀਕੇ ਨਾਲ ਗਾੜੀ ਕਿਸਮ ਦੀ ਚਾਸ ਬਣ ਜਾਏਗੀ ਜਿਸ ਤੱਕ ਮੁਕੰਮਲ ਤੌਰ ਤੇ ਚੀਨੀ ਮੈਲਟ ਹੋ ਜਾਵੇ ਇਹਦੇ ਚ ਹਲ ਹੋ ਜਾਵੇ ਉਹਦਾ ਇਸ ਤਰ੍ਹਾਂ ਗਾੜਾ ਸ਼ੀਰਾ ਬਣ ਜਾਵੇ ਉਸ ਟਮਾਸ਼ੀ ਦੇ ਚ ਕੀ ਕਰਨਾ ਅਸੀਂ 2-3 ਚਮਚੇ ਦੇ ਵਿੱਚ ਦੇਸੀ ਘਿਓ ਦੇ ਪਾ ਲਈਏ ਮੱਖਣ ਦੇ ਪਾ ਲਈਏ ਅਸੀਂ ਜਾਂ ਕੋਈ ਆਇਲ ਵਗੈਰਾ ਜਿਹੜਾ ਵੀ ਸਾਨੂੰ ਪਸੰਦ ਆਵੇ ਅਸੀਂ ਉਹ ਘਿਓ ਮੱਖਣ ਆਇਲ ਦੇਸੀ ਘਿਓ ਕੁਝ ਵੀ ਪਾਉਣਾ ਚਾਹੀਏ ਇਸ ਨੂੰ ਪਾ ਕੇ ਥੋੜੀ دیر ਇਸ ਨੂੰ ਪੱਕਣ ਦੇ ਵਿੱਚ ਇਸ ਟਮੇ ਅੱਛੀ ਤਰ੍ਹਾਂ ਸੇ ਹਲ ਹੋ ਜਾਵੇ ਤੇ ਫਿਰ ਅਸੀਂ ਸਾਫ ਕੀਤੇ ਅੱਧਾ ਕਿਲੋ ਤੇਲ ਸਫੈਦ ਯ ਸਫੈਦ ਕਾਲੇ ਜਿਹੜੇ ਵੀ ਤੁਹਾਡੇ ਕੋਲ ਤਿਲ دستیاب ਹੋਣ ਉਹ ਇਸੇ ਤਰ੍ਹਾਂ ਪਕਦੇ ਦੇ ਵਿੱਚ ਇਸੇ ਤਰ੍ਹਾਂ ਦੇਖੋ ਪਕਦੇ ਪਏ ਇਸੇ ਤਰ੍ਹਾਂ ਦੇ ਵਿੱਚ ਅੱਛੀ ਤਰ੍ਹਾਂ ਮਿਕਸ ਕਰ ਦਿਓ ਕੋਸ਼ਿਸ਼ ਕਰੋ ਕਿ ਮਿਕਸ ਅੱਛੀ ਤਰ੍ਹਾਂ ਕਰੋ ਤੇ ਨਾਲ ਨਾਲ ਤੁਸੀਂ ਇੱਕ ਬਰਤਨ ਤਿਆਰ ਕਰੋ ਜਿਹਦੇ ਤੇ ਤੁਸੀਂ ਥੋੜਾ ਜਿਹਾ ਆਇਲ ਲਗਾ ਕੇ ਉਸ ਨੂੰ ਤਿਆਰ ਕਰੋ ਜਿਹਦੇ ਤੇ ਤੈਨੂੰ ਕੱਢਣਾ ਨਾਲ ਤੁਹਾਨੂੰ ਇਹਦੇ ਦੱਸਾਂਗਾ ਕਿ ਤੁਸੀਂ ਇਹਦੇ ਟੁਕੜੇ ਕਿਸ ਤਰ੍ਹਾਂ ਕਰਨੇ ਨੇ ਬਾਅਦ ਲੋਕ ਇਸ ਤਰ੍ਹਾਂ ਬਣਾ ਲੈਂਦੇ ਲੇਕਿਨ ਟੁਕੜੇ ਕਰਨ ਦਾ ਤਰੀਕਾ ਭੁੱਲ ਜਾਂਦੇ ਆ ਜੇ ਇਹਦੀ ਰੇਬੜੀ ਬਣਾਣੀ ਹੋਵੇ ਤਾਂ ਉਹ ਕਿਸ ਤਰ੍ਹਾਂ ਆ ਦੇਖੋ ਮੈਂ ਹੁਣ ਪ੍ਰਾਤ ਦੀ ਬੈਕ ਸ਼ਾਰਟ ਤੇ ਥੋੜਾ ਜਿਹਾ ਤੇਲ ਜਾਂ ਆਇਲਾ ਲਾ ਕੇ ਇਹਨੂੰ ਉਧਰ ਤੇ ਲਿਆ ਕੱਢ ਇਸ ਦੇ ਉੱਤੇ ਮੈਂ ਹੁਣ ਆ ਜਿਹੜਾ ਨਹੀਂ ਹੁੰਦਾ ਰੋਟੀਆਂ ਵੇਲਣ ਵਾਲਾ ਬੇਲਵਾ ਇਹਦੇ ਨਾਲ ਇਹਨੂੰ ਬਿਲਕੁਲ ਬਰਾਬਰ ਕਰ ਦੇਣਾ ਉਨੀ ਕੇ ਦੀ ਰੋਟੀ ਬਣਾਣੀ ਹੈ ਜਿੰਨੀ ਕਿਸ ਦੀ ਸਾਨੂੰ ਜ਼ਰੂਰਤ ਹੈ ਬਹੁਤੀ ਮੋਟੀ ਨਹੀਂ ਬਣਾਨੀ ਪਤਲੀ ਜੀ ਬਣਾਵਾਂਗੇ ਇੱਕ ਤਾਂ ਉਹਦਾ ਮਿਕਦਾਰ ਜ਼ਿਆਦਾ ਹੋ ਜਾਏਗੀ ਬੱਚਾ ਉਹ ਥੋੜੀ ਮਿਕਦਾਰ ਦੇ ਵਿੱਚ ਉਹਦਾ ਪੀਸ ਵੱਡਾ ਸਾਰਾ ਹੋਏਗਾ ਬੱਚਾ ਖੁਸ਼ ਹੋ ਜਾਏਗਾ ਦੂਸਰੇ ਨੰਬਰ ਦੇ ਉੱਤੇ ਇਸ ਦੀ ਖੁਸ਼ਕਤ ਜ਼ਬਰਦਸਤ ਕਿਸਮ ਦਾ ਤਿਆਰ ਹੋਏਗਾ ਤੇ ਜਸਟ ਟਾਈਮ ਇਹ अच्छी तरह से ਫੈਲ ਜਾਵੇ ਮੁਕੰਮਲ ਤੌਰ ਤੇ ਇਹ ਜਿਹੜਾ ਬਿਲਵਾ ਨਾ ਇਹਨੂੰ ਵੀ ਥੋੜਾ ਜਿਹਾ ਆਇਲ ਵਗੈਰਾ ਲਾ ਲੈਣਾ ਤਾਂ ਕਿ ਨਾਲ ਚਿਮੜੇ ਨਾ ਚਿਪਕੇ ਨਾ ਇਸ ਤੇ ਮચ્છી ਤਰ੍ਹਾਂ ਲੱਗ ਜਾਵੇ ਫੈਲ ਜਾਵੇ ਫਿਰ ਇਹਨੂੰ ਤਕਰੀਬਨ ਅਸੀਂ ਨਾ ਥੋੜੀ ਦੇਰ ਵਾਸਤੇ ਛੱਡ ਦੇਣਾ ਉਸ ਤੋਂ ਬਾਅਦ ਚ ਛੁਰੀ ਦੇ ਨਾਲ ਇਹਦੇ ਤੇ ਇਸ ਤਰੀਕੇ ਨਾਲ ਨਰਮ ਨਰਮ ਦੇ ਵਿੱਚ ਇਸ ਤਰੀਕੇ ਨਾਲ ਥੋੜੇ ਥੋੜੇ ਤੁਸੀਂ ਇਹਦੇ ਵਿੱਚ ਨਾ ਟੱਕ ਲਾ ਦੇਣੇ ਨੇ ਚੱਕਣੇ ਨਹੀਂ ਅਜੇ ਅਜੇ ਚੱਕ ਨਹੀਂ ਹੋਣੇ ਨਾ ਇਹ ਕਾਮਯਾਬਾ ਜੇ ਸਿਰਫ ਤੁਸੀਂ ਇਸ ਤਰੀਕੇ ਨਾਲ ਸਿਰਫ ਨਮੂਨਾ ਬਣਾਉਣਾ ਇਹਦੇ ਨਾਲ ਇਹ ਤਰੀਕਾ ਜੀ ਇਹਨੂੰ ਟੱਕ ਲਾਣ ਦਾ ਅਸਲ ਜਿਹੜਾ ਸੌਖਾ ਤੇ ਆਸਾਨ ਘਰੇਲੂ ਤਰੀਕੇ ਨਾਲ ਇਹ ਤਕਰੀਬਨ 8-10 ਮਿੰਟ ਜਦੋਂ ਪਿਆ ਰਹਿਣ ਇਹ ਖੁਦ ਬਖੁਦ ਕੜਕ ਹੋ ਜਾਣੀ ਜਿਸ ਟੰਮ ਕੜਕ ਹੋ ਜਾਣੀ ਤੁਸੀਂ ਇਹਨੂੰ ਛੇੜਨਾ ਨਾ ਇਹ ਇਹ ਦੇਖਿਆ ਜੀ ਹੁਣ ਖੁਦ ਬਖੁਦ ਦੇ ਦੇ ਟੁਕੜੇ ਸ਼ੂ ਇਹ ਦੇਖੋ ਮੁਕੰਮਲ ਰੋਟੀ ਆ ਗਈ ਦੇਖ ਲਿਆ ਇਹ ਹੁਣ ਇਹਦੇ ਇਹ ਇਹ ਦੇਖੋ जिस जिस जिसने निशान लाए थी उस उस जगह तो ये देखो यो देखो। किस तरीके टिकड़ियाँ बन गई खूबसूरत ज़बरदस्त किस्म माशाल्लाह क्या बात है बाजार बाज़ारों पं रुपए दिए नाल द इस तरह की जैकेदार खलश नहीं लभदी ਨਾਜ਼ਰੀਨ ਅਗਰ ਸਾਡੀ ਵੀਡੀਓ ਤੁਹਾਨੂੰ ਪਸੰਦ ਆਈ ਹੋ ਖੂਬਸੂਰਤ ਲੱਗੀ ਹੋ ਅੰਦਾਜ਼ ਅੱਛਾ ਲੱਗਿਆ ਹੋ ਤੇ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਕਿ ਤਾਂ ਕਿ ਅਗਰ ਕਿਸੇ ਨੂੰ ਦੋਸਤ ਨੂੰ ਭੈਣ ਭਰਾ ਨੂੰ ਇਸ ਤਰ੍ਹਾਂ ਦੀ ਤਿਲ ਸ਼ਕਰੀ ਤਿਲ ਪੱਟੀ ਬਣਾਉਣ ਦਾ ਦਿਲ ਕਰੇ ਤਾਂ ਉਹ ਬਣਾ ਸਕੇ ਇਸ ਦੇ ਨਾਲ ਅਸੀਂ ਜਾਵਾਂਗੇ ਅੱਜ ਦੀ ਵੀਡੀਓ ਤੋਂ ਇਜਾਜ਼ਤ ਅੱਲਾ ਨਿਗਹबान ਰੱਬ ਰੱਖ ਅੱਲਾ ਹਾਫਿਜ਼